ਮੈਂ ਸੱਚੋ ਗੁਰੂ ਰਸਾਇ ਅਸੀਂ ਮਹਿਕਮਾ ਪੁਲਿਸ ਵੱਲੋਂ ਸਾਰਿਆਂ ਨੂੰ ਪਹਿਲਾਂ ਅਪੀਲ ਕੀਤੀ ਸੀਗੀ ਵੀ ਕੋਈ ਵੀ ਚੈਨਾ ਡੂਰ ਦਾ ਇਸਤੇਮਾਲ ਨਾ ਕਰੇ ਜੋ ਕਿ ਪක්ෂੀਆਂ ਲਈ ਵੀ ਤੇ ਇਨਸਾਨਾਂ ਲਈ ਵੀ ਬਹੁਤ ਹਾਨੀਕਾਰਕ ਹੈ ਲੇਕਿਨ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਨਾ ਇਸ ਗੱਲ ਨੂੰ ਮੰਨਦੇ ਹੋਏ ਚੈਨਾ ਡੂਰਾ ਦੀ ਵਿਕਰੀ ਬਾਰੇ ਸਾਨੂੰ ਪਤਾ ਲੱਗਿਆ ਜੋ ਸਾਡੇ ਏਐਸਆਈ ਆਤਮਾ ਸਿੰਘ ਨੇ ਮੁਕਬਰ ਖਾਸ ਦੀ ਇਤਲਾਹ ਤੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਿੰਦਾ ਨਾਂ ਹੈ ਲੱਕੀ ਪੁੱਤਰ ਰਮੇਸ਼ ਕੁਮਾਰ ਗੁਰੂ ਕਰਮ ਸਿੰਘ ਬਸਤੀ ਦਾ ਰਹਿਣ ਵਾਲਾ ਜਿੰਦੇ ਉਪਾਸਿਓ 75 ਚਾਈਨ ਡੋਰਾ ਦੇ ਗੁੱਟਰੇ ਚਰਖੜੀਆਂ ਸਮੇਤ 2 ਲੱਖ ਰੁਪਏ ਭਾਰਤੀ ਕਰੰਸੀ ਤੇ ਇੱਕ ਕਾਰ ਸੈਂਟਰੋ ਪੀਬੀ 37ਬੀ 5577 ਨੂੰ ਗ੍ਰਿਫਤਾਰ ਕੀਤਾ ਜਿੰਦੇ ਦੋਸ਼ੀ ਦੇ ਵਰ ਖਿਲਾਫ ਅਸੀਂ ਐਫ ਆਰ ਕੱਟੀ ਹੈ ਐਫ ਆਰ ਨੰਬਰ 725 1 2023 ਨੂੰ 188 420 ਆਈ ਪੀਸੀ ਤੇ 39 51 ਆਫ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਆਫ এনवायरमेंट ਪ੍ਰੋਟੈਕਸ਼ਨ ਐਕਟ 1986 ਦੇ ਤਹਿਤ